ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਕਰੋਪਤੀ ਪਤਨੀ ਕੀਤੇ ਗਵਾ ਨਿਆਂਗ ਸਿੰਘਾ ਦੇ ਪੇਸ਼ ਚਾਏ ਲੋਕਾਂ ਨੇ ਦਿੱਤਾ ਜਾਮ ਸੀਸੀਟੀਵੀ ਘਟਨਾ ਕੈਦ ਜੀ ਹਾਂ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਲਮ ਤੇ ਵੀਡੀਓ ਨੂੰ ਆਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਫਗਵਾੜਾ ਦੇ ਅਮਨਗੜ੍ਹ ਚ ਦੋ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਆਪਣੇ ਸਾਥੀਆਂ ਨਾਲ ਆਏ ਨਾਗ ਸਿੰਘਾ ਦੇ ਘਰ ਅੰਦਰ ਪਤੀ ਪਤਨੀ ਦੀ ਕੋਟ ਮਾਰ ਕਰਨ ਮਗਰੋਂ ਵਗਾ ਕਰਨ ਦੇ ਮੌਕੇ ਤੇ ਫਰਾਰ ਹੋ ਗਏ ਇਸ ਘਟਨਾ ਤੋਂ ਬਾਅਦ ਮੁਹੱਲੇ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਲੋਕਾਂ ਨੇ ਘਟਨਾ ਦੀ ਸੂchnਾ थाना ਸਿਟੀ ਦੇ ਪੁਲਿਸ ਦੇ ਐਸ ਐਚ ਓ ਅਮਨਦੀਪ ਨਾਹਰ ਨੂੰ ਦਿੱਤੀਓ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕੀਤੀ ਮਿਲੀ ਜਾਣਕਾਰੀ ਅਨੁਸਾਰ ਗਵਾਹ ਹੋਏ ਇਹ ਪਤੀ ਪਤਨੀ ਦੇ ਪਹਿਚਾਨ ਸੋਨੂ ਅਤੇ ਜੋਤੋ ਵਜੋਂ ਹੋਈ ਗੋਟੀ ਦੇ ਕੇਅਰ ਟੇਕਰ ਗੁਲਜਾਰ ਸਿੰਘ ਨੇ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਵੀ ਕੋਠੀ ਦੇਵੀ ਵਿੱਚ ਚੋਰੀ ਦੀ ਘਟਨਾ ਵਾਪਰੀ ਸੀ ਜਿਸ ਕਾਰਨ ਉਕਤ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਸੀ ਆਜ ਉਕਤ ਵਿਅਕਤੀ ਹੀ પતિ ਪਤਨੀ ਨੂੰ ਗਵਾ ਕਰਕੇ ਆਪਣੇ ਨਾਲ ਲੈ ਗਏ ਨੇ ਜਦੋਂ ਚਾਲਨ ਦੀ ਟੀਮ ਨੇ ਘਟਨਾ ਦਾ ਜਾਇਜ਼ਾ ਲਿਆ ਤਾਂ ਇਹ ਕਿ ਕੈਨ ਪਛਾਤੇ ਵਿਅਕਤੀ ਘਰ ਦੇ ਦੋਵੇਂ ਦਰਵਾਜ਼ੇ ਤੋੜ ਕੇ ਅੰਦਰ ਦਾਖਲ ਹੋਏ ਅਤੇ પતિ ਪਤਨੀ ਦੀ ਕੁੱਟਮਾਰ ਕਰਕੇ ਆਪਣੇ ਨਾਲ ਲੱਗੇ ਲੈ ਗਏ ਉਕਤ ਸਾਰੀ ਘਟਨਾ ਸੀਸੀਟੀਵੀ ਤੇ ਲੱਗੇ ਹੋਏ ਕੈਮਰੇ ਚ ਕੈਦ ਹੋ ਗਈ ਹੈ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ